ਬੰਦਾ ਗੁਰੂ ਉੱਤੇ ਤਾਂ ਗੁੱਸਾ ਕੱਢ ਨਹੀਂ ਸਕਦਾ, ਫਿਰ ਕਈ ਵਾਰੀ ਪ੍ਰਚਾਰਕਾਂ ਦੇ ਉੱਤੇ ਗੁੱਸਾ ਨਿਕਲ ਜਾਂਦਾ ਇਹੋ ਜਿਹੇ ਬੰਦੇ ਦਾ, ਉਹ ਚੀਕਾਂ ਹੀ ਤੇ ਵੱਜਦੀਆਂ ਨੇ ਨਾ, ਇਹ ਪ੍ਰਚਾਰਕ ਕਿੱਥੋਂ ਫੜ ਲਿਆਂਦਾ ਜੀ ਤੁਸੀਂ, ਇਹੋ ਜਿਹੇ ਬੰਦੇ ਨਾ ਸੱਦਿਆ ਕਰੋ, ਇਹੋ ਜਿਹੇ ਬੰਦੇ ਨੇ ਸੰਗਤ ਨੂੰ ਤੋੜ ਦਿੰਦੇ ਨੇ, ਇਹ ਜੋੜਦੇ ਨਹੀਂ ਹੈਗੇ, ਇਦਾਂ ਦੀਆਂ ਗੱਲਾਂ ਲੋਕੀ ਕਰਦੇ ਨੇ ਨਾ, ਫਿਰ ਜਿਨ੍ਹਾਂ ਦੀਆਂ ਚੀਕਾਂ ਨਿਕਲਦੀਆਂ ਨੇ ਨਾ ਸੱਚ ਨੂੰ ਸੁਣ ਕੇ, ਉਹ ਫਿਰ ਸਾਡੇ ਵਾਸਤੇ ਇੱਕ ਫਤਵਾ ਜਾਰੀ ਕਰਦੇ ਜੀ ਇਹ ਆਰਐਸਐਸ ਦੇ ਬੰਦੇ ਨੇ, ਹੋਰ ਉਹਨਾਂ ਕੋਲ ਕੁਝ ਨਹੀਂ ਹੁੰਦਾ, ਹੋਰ ਉਹਨਾਂ ਕੋਲ ਕੁਝ ਨਹੀਂ ਹੁੰਦਾ, ਉਹ ਕਹਿਣਗੇ ਜੀ ਇਹ ਆਰਐਸਐਸ ਦੇ ਬੰਦੇ ਨੇ। ਹੁਣ ਆਰਐਸਐਸ ਦਾ ਕੌਣ ਹੈ ਤੇ ਕੌਣ ਨਹੀਂ ਹੈ ਇਹ ਤਾਂ ਡਿਸਾਈਡ ਦੁਨੀਆ 'ਚ ਆਪ ਕਰਦੀ ਪਈ, ਇੰਟਰਨੈਟ ਦੇ ਉੱਤੇ, ਮੀਡੀਆ ਦੇ ਉੱਤੇ ਸਭ ਕੁਝ ਹੈਗਾ, ਵਟਸਐਪ ਦੇ ਉੱਤੇ, ਫੇਸਬੁੱਕ ਦੇ ਉੱਤੇ ਸਭ ਕੁਝ ਹੈਗਾ ਵੀ ਕਿਹੜਾ ਪ੍ਰਚਾਰਕ ਆਰਐਸਐਸ ਦਾ ਹੈਗਾ ਤੇ ਕਿਹੜਾ ਨਹੀਂ ਹੈਗਾ, ਹੁਣ ਤਾਂ ਦੱਸਣ ਦੀ ਵੀ ਲੋੜ ਨਹੀਂ, ਲੋਕੀ ਸਿਆਣੇ ਹੋ ਗਏ ਨੇ। ਪਰ ਜਿਹੜਾ ਗੁਰਮਤ ਦੀ ਗੱਲ ਕਰੇ ਉਹਦੇ ਨਾਂ ਦੇ ਉੱਤੇ ਇਹ ਫੱਟਾ ਲਾ ਦੇਣਗੇ ਜੀ ਇਹ ਆਰਐਸਐਸ ਦਾ ਪ੍ਰਚਾਰਕ ਹੈ। ਅੱਛਾ, ਗੁਰਮਤ ਦੀ ਗੱਲ ਕਰਨ ਵਾਲਾ ਆਰਐਸਐਸ ਦਾ ਪ੍ਰਚਾਰਕ ਹੋ ਗਿਆ, ਤੇ ਜਿਹੜਾ ਬਾਬਿਆਂ ਦੀਆਂ ਝੂਠੀਆਂ ਸਾਖੀਆਂ ਸੁਣਾਵੇ, ਜਿਹੜਾ ਬਾਬਿਆਂ ਦੀਆਂ ਝੂਠੀਆਂ ਸਾਖੀਆਂ ਸੁਣਾਵੇ, ਜਿਹੜਾ ਲੀਡਰਾਂ ਦੀ ਚਮਚਾਗਿਰੀ ਕਰੇ, ਉਹ ਧਰਮੀ ਹੈ, ਉਹ ਪੰਥਕ ਹੈ। ਹਿਸਾਬ ਵੇਖੋ ਨਾ ਤੁਸੀਂ, ਅੱਜ ਸਾਡਾ ਸਮਾਜ ਕਿਹੜੇ ਪਾਸੇ ਨੂੰ ਤੁਰ ਪਿਆ, ਅੱਜ ਅਸੀਂ ਸੱਚ ਨਾਲੋਂ ਟੁੱਟ ਕੇ ਮਨਮਤ ਵਾਲੇ ਪਾਸੇ ਨੂੰ ਜਾ ਰਹੇ ਹਾਂ। ਪਰ ਇੱਕ ਗੱਲ ਬਾਬਾ ਫਰੀਦ ਜੀ ਨੇ ਬਾਣੀ ਦੇ ਅੰਦਰ ਕਹੀ ਹੈ, ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਜਿਨ੍ਹਾਂ ਨੇ ਦਿਲੋਂ ਮੁਹੱਬਤ ਕੀਤੀ ਹੈ ਨਾ ਮਾਲਕ ਦੇ ਨਾਲ, ਅਸਲ ਦੇ ਵਿੱਚ ਉਹ ਸੱਚੇ ਨੇ। ਹੁਣ ਦਿਲੋਂ ਮੁਹੱਬਤ ਦਾ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਅਸੀਂ ਦਿਲੋਂ ਮੁਹੱਬਤ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ, ਉਹ ਆਪੇ ਪਤਾ ਲੱਗ ਜਾਂਦਾ ਕਿਹਦੀ ਦਿਲੋਂ ਮੁਹੱਬਤ ਹੈਗੀ ਹੈ ਤੇ ਕਿਹਦੀ ਦਿਲੋਂ ਮੁਹੱਬਤ ਨਹੀਂ ਹੈਗੀ। ਲੋਕ ਸਿਆਣੇ ਹੋ ਗਏ ਨੇ ਜੀ, ਹੁਣ ਦੱਸਣ ਦੀ ਲੋੜ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿ ਰਹੀ ਹੈ। ਉਹ ਸਮਾਂ ਹੁੰਦਾ ਸੀ ਕਦੀ ਜਦੋਂ ਬ੍ਰਾਹਮਣ ਕਹਿੰਦਾ ਸੀ ਵੀ ਪੜ੍ਹਨ ਦਾ ਹੱਕ ਨਾ ਕੇਵਲ ਮੇਰੇ ਕੋਲ ਹੀ ਹੈ ਤੇ ਮੈਂ ਕਿਸੇ ਹੋਰ ਨੂੰ ਹੱਕ ਨਹੀਂ ਦਿੰਦਾ ਕਿ ਉਹ ਪੜ੍ਹ ਜਾਵੇ, ਗੁਰੂ ਨੇ ਇਹ ਹੱਕ ਸਭਨਾਂ ਨੂੰ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਨੀਆ ਦਾ ਹਰ ਇੱਕ ਮਨੁੱਖ ਪੜ੍ਹ ਸਕਦਾ। ਜਦੋਂ ਇਹ ਗੱਲ ਆਖੀ ਨਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕਹੋ ਸਾਂਝਾ, ਗੁਰੂ ਨੇ ਸਭਨਾਂ ਨੂੰ ਹੱਕ ਦੇ ਦਿੱਤਾ। ਅੱਜ ਤੇ ਲੋਕ ਖੁਦ ਪੜ੍ਹਦੇ ਨੇ ਤੇ ਫਿਰ ਡਿਸਾਈਡ ਹੋ ਜਾਂਦਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਲੋ ਹੋ ਗਿਆ ਨਾ ਡਿਸਾਈਡ, ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ ਤੇ ਮੁੱਖ ਤੇ ਕੁਝ ਹੋਰ ਹੈ, ਉੱਥੇ ਡਿਸਾਈਡ ਹੋ ਜਾਂਦਾ ਵੀ ਕਿਹੜਾ ਕੱਚਾ ਤੇ ਕਿਹੜਾ ਸੱਚਾ, ਕਿਹੜਾ ਆਰਐਸਐਸ ਦਾ ਤੇ ਕਿਹੜਾ ਗੁਰੂ ਦਾ। ਇਹ ਦੱਸਣ ਦੀ ਲੋੜ ਨਹੀਂ ਹੁਣ, ਪਰ ਮੈਂ ਇੱਕ ਬੇਨਤੀ ਕਰਾਂਗਾ, ਅਗਲਿਆਂ ਨੂੰ ਨਿੰਦਿਆ ਕਰ ਲੈਂਦਿਓ, ਜਿਹੜੇ ਆਖਦੇ ਨੇ ਨਾ ਉਹਨਾਂ ਨੂੰ ਨਿੰਦਿਆ ਕਰ ਲੈਂਦਿਓ। ਆ ਮੈਂ ਕਹਿ ਦੇਣੀ ਚਾਹਾਂਗਾ ਗੱਲ, ਆ ਤੁਹਾਡੇ ਸਮਾਗਮ ਦਾ ਇੱਥੇ ਪੋਸਟਰ ਤਿਆਰ ਹੋਇਆ ਸੀ ਨਾ, ਜਦੋਂ ਕਿਸੇ ਨੇ ਨਾ ਉਸ ਪੋਸਟਰ ਦੇ ਥੱਲੇ ਬੜਾ ਕੁਝ ਲਿਖ ਕੇ ਪਾਇਆ ਸੀ, ਆਰਐਸਐਸ ਦਾ ਪ੍ਰਚਾਰਕ ਇਹਨੂੰ ਆਪਣੇ ਪਿੰਡ ਦੇ ਵਿੱਚ ਨਾ ਵੜੋ, ਮੈਂ ਵੇਖਿਆ ਸੀਗਾ ਉਹ ਪੋਸਟਰ, ਸ਼ਾਇਦ ਉਹ ਬੰਦੇ ਇੱਥੇ ਵੀ ਬੈਠੇ ਸੁਣਦੇ ਹੋਣ। ਮੈਂ ਬੇਨਤੀ ਕਰਨੀ ਚਾਹਾਂਗਾ ਭਰਾਵੋ, ਜਿਹੜੇ ਮਰਜ਼ੀ ਇਲਜ਼ਾਮ ਲਾ ਦਿਓ, ਪਰ ਹੁਣ ਸੱਚ ਲੁਕਿਆ ਛੁਪਿਆ ਨਹੀਂ ਹੈਗਾ, ਸੱਚ ਲੁਕਿਆ ਛੁਪਿਆ ਨਹੀਂ। ਜਿਹੜੀ ਗੱਲ ਭਗਤ ਕਬੀਰ ਜੀ ਨੇ ਬਾਣੀ ਵਿੱਚ ਕਹੀ ਨਾ, ਉਹ ਗੱਲ ਹੈ ਬੜੀ ਪਿਆਰੀ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਹੁਣ ਨਿੰਦਾ ਕੀ ਹੁੰਦੀ ਹੈ, ਸੱਚ ਬੋਲਣਾ ਨਿੰਦਿਆ ਨਹੀਂ ਹੁੰਦੀ। ਕੋਈ ਬੰਦਾ ਗਲਤ ਕੰਮ ਕਰਦਾ ਹੋਵੇ ਤੇ ਕਹਿ ਦੇਣਾ ਜੀ ਇਹਨੇ ਗਲਤ ਕੰਮ ਕੀਤਾ, ਇਹ ਨਿੰਦਿਆ ਥੋੜੀ ਨਾ। ਹੁਣ ਜੇ ਮੰਨ ਲਓ ਕੋਈ ਠੱਗੀ ਮਾਰਦਾ ਹੈ ਤੇ ਅਸੀਂ ਕਹਿ ਰਹੇ ਹਾਂ ਜੀ ਇਹ ਠੱਗ ਹੈ, ਤੇ ਇਹ ਨਿੰਦਿਆ ਨਹੀਂ ਜੀ, ਅਗਲੇ ਨੇ ਠੱਗੀ ਮਾਰੀ ਹੈ ਉਹਨੂੰ ਠੱਗ ਹੀ ਕਿਹਾ ਜਾਏਗਾ ਨਾ, ਕਿਸੇ ਨੇ ਚੋਰੀ ਕੀਤੀ ਹੈ ਤੇ ਉਹਨੂੰ ਚੋਰ ਹੀ ਕਿਹਾ ਜਾਵੇਗਾ ਨਾ, ਇਹ ਤਾਂ ਸੱਚ ਬੋਲਣਾ। ਨਿੰਦਿਆ ਅਸਲ ਦੇ ਵਿੱਚ ਉਹ ਹੁੰਦੀ ਹੈ ਜਿਹੜੀ ਗੱਲ ਕਿਸੇ ਨੇ ਕੀਤੀ ਨਾ ਹੋਵੇ ਪਰ ਕੋਲੋਂ ਬਣਾ ਕੇ ਉਹਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਹੋਵੇ, ਉਸ ਨੂੰ ਕਹਿੰਦੇ ਨਿੰਦਿਆ ਕਰਨੀ। ਭਾਵ ਕਿਸੇ ਬੰਦੇ ਨੇ ਚੋਰੀ ਕੀਤੀ ਨਹੀਂ ਪਰ ਉਹਦੇ ਉੱਤੇ ਚੋਰੀ ਦਾ ਇਲਜ਼ਾਮ ਲਾਇਆ ਜਾ ਰਿਹਾ ਵੀ ਇਹਨੇ ਚੋਰੀ ਕੀਤੀ, ਅਸਲ ਦੇ ਵਿੱਚ ਆਹ ਨਿੰਦਾ, ਕੋਲੋਂ ਗੱਲ ਬਣਾ ਕੇ ਕਰਨੀ ਉਸ ਨੂੰ ਨਿੰਦਿਆ ਕਿਹਾ ਜਾਂਦਾ। ਆਹ ਜਿਹੜੇ ਲੋਕ ਇੱਦਾਂ ਦੀਆਂ ਕਰਤੂਤਾਂ ਕਰਦੇ ਰਹਿੰਦੇ ਨੇ ਨਾ, ਕੋਲੋਂ ਗੱਲ ਬਣਾ ਕੇ, ਪ੍ਰੂਫ ਕਿਸੇ ਕੋਲ ਨਹੀਂ ਹੈਗਾ, ਪ੍ਰੂਫ ਕਿਸੇ ਕੋਲ ਨਹੀਂ ਹੈਗਾ ਵੀ ਹੈਗੇ ਆ ਜਾਂ ਨਹੀਂ ਹੈਗੇ, ਪਰ ਕੋਲੋਂ ਗੱਲਾਂ ਬਣਾਉਂਦੇ ਨੇ ਵਿਚਾਰੇ। ਹੁਣ ਡੇਰੇ ਬੰਦ ਹੋ ਰਹੇ ਨੇ ਨਾ ਅਸਲ ਦੇ ਵਿੱਚ, ਚੀਕਾਂ ਤਾਂ ਹੀ ਉਹਦੇ ਮਾਰਦੇ ਨੇ, ਜਿਵੇਂ ਉਹ ਹਲੇ ਚੀਕਾਂ ਮਾਰੀਆਂ, ਅੱਜ ਦੇ ਸਾਧ ਵੀ ਤਾਂ ਚੀਕਾਂ ਹੀ ਮਾਰਨ ਡਏ ਨੇ, ਹੁਣ ਹੋਰ ਕਰਦੇ ਕੀ ਪਏ ਨੇ, ਚੀਕਾਂ ਨਿਕਲ ਰਹੀਆਂ ਨੇ ਅੱਜ ਉਹਨਾਂ ਦੀਆਂ, ਹਾਏ ਸਾਡੇ ਡੇਰੇ ਨਾ ਕਿਤੇ ਬੰਦ ਹੋ ਜਾਣਾ, ਦੁਕਾਨਦਾਰੀਆਂ ਅਗਲਿਆਂ ਦੀਆਂ ਜਦੋਂ ਘਟਣਗੀਆਂ। ਹੁਣ ਬਾਬੇ ਕਿਹੜਾ ਕੋਈ ਨੌਕਰੀ ਕਰਦੇ ਨੇ ਜਾਂ ਕੋਈ ਬਿਜ਼ਨਸ ਕਰਦੇ ਜਾਂ ਕੇਲਿਆਂ ਦੀ ਰੇਹੜੀ ਲਾਉਂਦੇ ਨੇ, ਅਗਲਿਆਂ ਦਾ ਗੁਜ਼ਾਰਾ ਤੇ ਲੋਕਾਂ ਦੇ ਨਾਲ ਹੀ ਹੁੰਦਾ ਨਾ। ਹੁਣ ਲੋਕ ਡੇਰਿਆਂ 'ਚ ਜਾਣਾ ਬੰਦ ਕਰਨਗੇ ਤੇ ਅਗਲਿਆਂ ਦੀ ਦੁਕਾਨਦਾਰੀ ਘਟਦੀ ਹੈ ਤੇ ਚੀਕਾਂ ਦੇ ਆਪੇ ਵੱਜਣੀਆਂ ਨੇ, ਫਿਰ ਉਹ ਕਹਿੰਦੇ ਵੀ ਆਹ ਪ੍ਰਚਾਰਕ ਆਰਐਸਐਸ ਦੇ ਨੇ, ਲਓ ਕਮਾਲ ਦੀ ਗੱਲ। ਚਲੋ ਹੁਣ ਇੱਕ ਗੱਲ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਖੀ, ਗੁਰੂ ਸਾਹਿਬ ਕਹਿੰਦੇ ਵੀ ਨਿੰਦੋ ਨਿੰਦੋ, ਕਰ ਲਓ ਨਿੰਦਾ,
बोलो जिन्ना झूठ बोलना जे फर्क कोई नहीं पैंदा। निंदो निंदो मोको लोग निंदो। बाबा कबीर जी कहते भी दुनिया के लोग ना मेरी निंदा करते ने। मैनू पता की कहते ने, लोग कहें कबीर बावरा ना, कबीर का मर्म राम पहचाना। बौरा, बौरा का मतलब हुंदा पागल। कहिंदे मैनू पागल कहिंदे ने, मैनू भूतना बिताला कहिंदे ने। हुण गुरु नानक साहब नू भी आख्या सी ना, कोई आखे भूतना को कहे बेताला। कोई भूतना कहिंदा सी गुरु नानक साहब नू, ते कोई बेताला कहिंदा सी। कोई आखे आदमी नानक वेचारा, भया दीवाना शाका नानक बौरा ना, हौ हर बिन अवर ना जाना। कहते भावे मैनू भूतना कह लो, भावे बेताला कह लो, भावे बौरा कह लो, पर एक गल दुनिया के लोगों तुहानू दसनी चाहवांगे, हौ हर बिन अवर ना जाना। एक रब नू छड़ के असी होर किसी नू जानिया ही नहीं है। साडी जिंदगी दा ते ए भरोसा है, किस ही कोई कोए मंज निमाणी, एक तू असी ते केवल ते केवल गुरु ग्रंथ साहब नाल जुड़े हाँ। असी होर किसी नू नहीं मानते, ना किसी बाबे नू, ना किसी तस्वीर नू, ना किसी होर ग्रंथ नू। असी केवल ते केवल गुरु ग्रंथ साहब नाल जुड़े हाँ। साडा ये भरोसा केवल ते केवल गुरु ग्रंथ साहब के उत्ते है। तो ये गल छाती दे हाथ मार के कहने हाँ कि हे मालका, जे तू अपने नाल जोड़िया है ना, ते ए अपनी रहमत अपनी बख्शिश बनाई रखी कि तेरे नाल ही जुड़े रहिए। ते ए गल कह सकीए भी हाँ असी गुरु ग्रंथ साहब दे सिख हाँ, असी किसी होर पासे नू नहीं जाना चाहते। ए गल असी आख सकीए, साडा भरोसा तेरे उत्ते बनिया रवे। कोई ऐसी घड़ी ना वापर जावे कि तेरे तो कितने दूर चले जाइए। लोकी का बहुत इल्जाम लाउंदे ने, लोकी का बहुत इल्जाम लाउंदे ने, लाण दिओ। कबीर जी ने आख्या, कहिंदे निंदो निंदो। निंदा करन दा मतलब की है? झूठे इल्जाम लाने। निंदो निंदो मोको लोग निंदो। पर अगली गल पता की है कि कबीर जी कहते भी लोग निंदिया तो बड़ी करते ने, पर निंदा जन को खरी प्यारी। मैनू ना निंदा बड़ी प्यारी लगती, जे बड़ी प्यारी लगती। कबीर जी ये क्यों भी जो किसी की निंदा होवे तां उहनूं तां चंगी नहीं लगती हुंदी, तुसीं कहिंदे हो भी निंदा बड़ी चंगी लगती है, ये की गल होई? निंदा तुहानू चंगी क्यों लगती है? कबीर जी ने एक गल आखी, कहिंदे जदों मेरी कोई निंदा करदा ना, मेरे बारे कोलों गल्लां बना बना के कहिंदा, ते मैं अपने आप नू कहिंदा वा, कबीर वेख इहने तेरे उत्ते झूठा इल्जाम लाया ही, हुण सुचेत हो जा, अलर्ट हो जा कि जिहड़ा इल्जाम इहने तेरे उत्ते ला दित्ता है ना, जिहड़ा इल्जाम इहने तेरे उत्ते ला दित्ता है, ओ इल्जाम कितने सच ना कदी हो जाए। अपने वाल ध्यान दे जरा, हुण केयर कर अपनी, कितने तू गलत पासे ना चलिया जावे, ते जेड़ियां गल्लां ये कितने कहिंदा पे है इहदी गल कितने सच ही ना हो जाए। कहिंदे जदों मेरे उत्ते कोई झूठा इल्जाम लाउंदा है, मेरी निंदा करदा है, मैं ते अपने आप नूं अलर्ट कर लैंदा कि मैं गुरु नाल ही जुड़िया रहना, मैं उस पासे नूं नहीं जाना, मैं विकारां दे विच गर्क नहीं होना, मैं काम क्रोध लोभ मोह हंकार दे विच गर्क नहीं होना, मैं किसी तरह की कोई मनमत कोई वहम भरमां दे विच नहीं फसना, ता कि कल नूं इहदी कही होई गल कितने सच ना हो जाए। कहिंदे मैं ते अपने आप नूं सगों अलर्ट करदा वां, सगों मैं अपने वाल होर ख्याल करदा कि मैं गुरमत दे विच वध तों वध पक्का रवां। वैसे निंदक बंदे बड़े चंगे हुंदे जे, वैसे बहुत चंगे हुंदे ने, सब तों वधिया मित्र निंदक हुंदा जे। तो माफ करियो जिहड़े हल्ला शेरियां दिंदे होण ना, बहुत वधिया जी बहुत वधिया, उह बहुते वधिया मित्र नहीं हुंदे, क्योंकि हल्ला शेरियां दे दे के ना कई वारी काम खराब कर दिंदे ने, अगले नूं हौमे लिया दिंदे ने उहदी जिंदगी दे अंदर। पर जिहड़ा निंदक बंदा होवे ना, जिहड़ा झूठ बोलदा होवे किसे दे बारे विच वी, इहने आह कीता, इहने आह कीता, इहने आह कीता, इह इदां बोलदा, इह इदां प्रचार करदा, इह इदां बोलदा, जिहड़ा इदां कहिंदा होवे, मैं कहिंदा सब तों वधिया मेरा मित्र है उह, ते मैं धन्नवाद करांगा इहो जिहे बंदे दा वी होर मेरे बारे च गल्लां बना बना के बोलिया करो। तुहानू मैं खुली छूट दिंदा, जिन्ना तुसीं मेरे बारे झूठ बोल सकदे हो उन्ना बोलो, क्योंकि तुसीं तां मेरे मित्र हो। ते इत्थों तक गल कह दित्ती, कहिंदे निंदो निंदो मोको लोग निंदो, निंदा जन को खरी प्यारी, निंदा बाप निंदा महतारी। जिवें माँ बाप अपने बच्चे की केयर करते ने ना, सांभ संभाल करते ने, कबीर जी कहिंदे भी निंदा तो मेरी माँ बाप है, जिवें माँ बाप बच्चे की केयर करते ने, निंदा मेरी केयर करती है, बड़ा ध्यान रखती निंदा मेरी।
ਭਾਵ ਮੈਨੂੰ ਕਿਸੇ ਵੀ ਗਲਤ ਪਾਸੇ ਨੂੰ ਨਹੀਂ ਜਾਣ ਦਿੰਦੀ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੇ ਵਸਾਈਏ। ਜਦੋਂ ਕੋਈ ਮੇਰੀ ਨਿੰਦਾ ਕਰਦਾ ਨਾ, ਕਹਿੰਦੇ ਮੇਰਾ ਜੀਵਨ ਤੇ ਉਸ ਸਮੇਂ ਸਵਰਗ ਵਰਗਾ ਬਣ ਜਾਂਦਾ, ਕਿਉਂਕਿ ਮੈਂ ਫਿਰ ਵਿਕਾਰਾਂ ਵਾਲੇ ਪਾਸੇ ਨੂੰ ਨਹੀਂ ਜਾਂਦਾ, ਮੈਂ ਆਪਣੇ ਆਪ ਨੂੰ ਹੋਰ ਪੱਕਾ ਕਰਦਾ ਗੁਰਮਤ ਦੇ ਵਿੱਚ। ਤੇ ਜਦੋਂ ਮੈਂ ਗੁਰਮਤ 'ਚ ਪੱਕਾ ਕਰਦਾ, ਮੇਰਾ ਅੰਦਰ ਜਿਹੜਾ ਹੈ ਉਹ ਸਵਰਗ ਵਾਲਾ ਬਣ ਜਾਂਦਾ, ਮੇਰੀ ਜ਼ਿੰਦਗੀ ਦੇ ਅੰਦਰ ਚੜ੍ਹਦੀ ਕਲਾ ਆ ਜਾਂਦੀ ਹੈ। ਸੋ ਆਹ ਤਾਂ ਬੜੀ ਚੰਗੀ ਗੱਲ ਹੈ, ਵੈਸੇ ਆਹ ਤਾਂ ਬੜੀ ਚੰਗੀ ਗੱਲ। ਤੇ ਸੱਚ ਕਰਕੇ ਜਾਣਿਓ, ਇੱਕ ਬੇਨਤੀ ਮੈਂ ਤੁਹਾਨੂੰ ਵੀ ਕਰਾਂਗਾ, ਜਿੱਦਣ ਤੁਸੀਂ ਬਾਕੀ ਸਾਰੇ ਰਸਤੇ ਛੱਡ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਨਾ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ, ਲੋਕਾਂ ਨੇ ਤੁਹਾਡੇ ਉੱਤੇ ਵੀ ਉਂਗਲਾਂ ਚੁੱਕਣੀਆਂ ਜੀ। ਲੋਕ ਤਦ ਤੱਕ ਨਹੀਂ ਉਂਗਲਾਂ ਚੁੱਕਦੇ, ਮੰਨ ਲਓ 10 ਬੰਦੇ ਬਹਿ ਕੇ ਨਾ ਇਕੱਠੇ ਰੋਜ਼ਾਨਾ ਦਾਰੂ ਪੀਂਦੇ ਹੋਣ, ਉਹਨਾਂ ਦੇ ਵਿੱਚੋਂ ਇੱਕ ਕਿਤੇ ਗੁਰਦੁਆਰੇ ਆਇਆ, ਉਹਨੇ ਕਿਤੇ ਕਥਾ ਸੁਣੀ ਤੇ ਆਹ ਸ਼ਬਦ ਸੁਣ ਲਏ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਹੁਣ ਕਿਤੇ ਗੱਲ ਉਹਦੇ ਦਿਮਾਗ ਦੇ ਵਿੱਚ ਉਹਨੂੰ ਕਲਿੱਕ ਹੋ ਗਈ, ਕਿਤੇ ਸਮਝ ਆ ਗਈ ਉਹਨੂੰ ਗੱਲ। ਹੁਣ ਜਦੋਂ ਇਹ ਗੁਰੂ ਦਾ ਉਪਦੇਸ਼ ਉਹਨੂੰ ਸਮਝ ਆ ਗਿਆ ਵੀ ਸ਼ਰਾਬ ਪੀਣੀ ਮਾੜੀ ਹੁੰਦੀ ਹੈ, ਇਹ ਨਹੀਂ ਪੀਣੀ ਚਾਹੀਦੀ, ਉਹਨੇ ਜੀ 10 ਦੇ ਵਿੱਚੋਂ ਇੱਕ ਨੇ ਸ਼ਰਾਬ ਪੀਣੀ ਛੱਡ ਦਿੱਤੀ। ਹੁਣ ਜਦੋਂ ਉਹਨੇ ਛੱਡੀ ਤੇ ਅਗਲੇ ਦਿਨ ਉਹਦੇ ਮਿੱਤਰ ਆਏ ਤੇ ਉਹਨੂੰ ਕਹਿਣ ਲੱਗੇ ਵੀ ਕਹਿੰਦੇ ਚੱਲ ਚੱਲੀਏ ਠੇਕੇ ਦੇ ਉੱਤੇ। ਹੁਣ 9 ਜਾਣੇ ਬਾਹਰ ਬੂਹੇ ਦੇ ਉੱਤੇ ਖਲੋਤੇ ਤੇ ਉਹ ਪਤਾ ਕੀ ਕਹਿੰਦਾ, ਉਹ ਕਹਿੰਦਾ ਵੀ ਅੱਜ ਨਹੀਂ ਜਾਣਾ ਉਹਨੇ। ਕੱਲ ਮੈਂ ਗੁਰਦੁਆਰੇ ਗਿਆ ਸੀਗਾ, ਉੱਥੇ ਮੈਂ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਆਇਆ ਵੀ ਗੁਰੂ ਸਾਹਿਬ ਤੇ ਕਹਿੰਦੇ ਵੀ ਨਸ਼ਾ ਨਹੀਂ ਕਰਨਾ ਚਾਹੀਦਾ, ਅੱਜ ਨਹੀਂ ਜਾਣਾ ਮੈਂ। ਤੇ ਅੱਗਿਓਂ ਦੀ ਉਹਨੇ ਕੀ ਉਹਨਾਂ ਨੇ ਕੀ ਕਹਿਣਾ ਬਾਕੀ ਦੇ 9 ਨੇ, ਲੈ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ। ਇਹੀ ਕਹਿਣਗੇ ਨਾ ਵੀ ਤੂੰ ਵੱਡਾ ਧਰਮੀ ਬਣ ਗਿਆ। ਹੁਣ ਫਿਰ ਉਹਦੇ ਉੱਤੇ ਇਲਜ਼ਾਮ ਲੱਗਣੇ ਸ਼ੁਰੂ ਹੋਣੇ ਨੇ ਹੌਲੀ ਹੌਲੀ ਵੀ ਮੈਂ ਤੇ ਇਹ ਗੱਲ ਕਹਿੰਦਾ, ਚਲੋ ਉਹ ਬਿੱਲੀ ਦੇ 900 ਚੂਹੇ ਖਾ ਕੇ ਫਿਰ ਅੱਜ ਨੂੰ ਚਲੀ ਗਈ ਹੈ, ਆ ਬਾਕੀ ਦੀਆਂ 9 ਬਿੱਲੀਆਂ ਕਦੋਂ ਜਾਣਗੀਆਂ? ਇਹ ਤਾਂ ਜਾਣ ਵਾਸਤੇ ਤਿਆਰ ਨਹੀਂ ਨਾ। ਉਹ ਤਾਂ ਫਿਰ ਚੰਗਾ ਜਿਹੜਾ ਅੱਜ ਤੱਕ ਝੂਠ ਨੂੰ ਕਮਾ ਰਿਹਾ ਸੀਗਾ ਆਪਣੀ ਜ਼ਿੰਦਗੀ ਦੇ ਅੰਦਰ, ਅੱਜ ਉਹਨੇ ਸੱਚ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾਉਣਾ ਸ਼ੁਰੂ ਕਰ ਦਿੱਤਾ ਹੈ, ਤੇ ਇਹਦੇ ਚੰਗੀ ਗੱਲ ਹੈ। ਉਹਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਸੀ, ਭਰਾਵਾ ਚੰਗਾ ਹੋਇਆ ਤੂੰ ਚੰਗੇ ਪਾਸੇ ਨੂੰ ਤੁਰ ਪਿਆ, ਹਜੇ ਤੱਕ ਅਸੀਂ ਤੇ ਉਸੇ ਨਰਕ ਦੇ ਵਿੱਚ ਫਸੇ ਪਏ ਹਾਂ। ਪਰ ਇਹ ਸਾਡੇ ਸਮਾਜ ਦਾ ਹਾਲ ਹੈ, ਕੋਈ ਚੰਗੇ ਪਾਸੇ ਨੂੰ ਜਾਂਦਾ ਹੋਵੇ ਸਾਡਿਆਂ ਨੂੰ ਬਹੁਤੀ ਵਾਰੀ ਚੰਗਾ ਨਹੀਂ ਲੱਗਦਾ, ਕਿਸੇ ਦਾ ਬੱਚਾ